ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਪ੍ਰਬੰਧ ਨੂੰ ਲੈ ਕੇ ਕਈ ਵਾਰ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਇਸ ਵਾਰ ਸਿਹਤ ਮੰਤਰੀ ਖੁਦ ਸ਼ਿਕਾਇਤਾਂ ਮਿਲਣ ਤੇ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਪਹੁੰਚੇ ਅਤੇ ਹਸਪਤਾਲ ਪ੍ਰਬੰਧਨ ਨੂੰ ਹਾਲਾਤ ਸੁਧਾਰਨ ਦੇ ਲਈ ਹਦਾਇਤਾਂ ਜਾਰੀ ਕੀਤੀਆਂ। ਮਲੇਰਕੋਟਲਾ ਦੇ ਸਿਵਲ ਹਸਪਤਾਲ 'ਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦ ਸੂਬੇ ਦੇ ਸਿਹਤ ਮੰਤਰੀ ਸਾਹਿਬ ਨੇ ਅਚਨਚੇਤ ਹਸਪਤਾਲ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਸਿਹਤ ਮੰਤਰੀ ਸਾਹਿਬ ਨੇ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਜਿਨ੍ਹਾਂ ਨੂੰ ਦੂਰ ਕਰਨ ਲਈ ਹਸਪਤਾਲ ਦੇ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਸਿਹਤ ਮੰਤਰੀ ਨੇ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਅਤੇ ਹਸਪਤਾਲ 'ਚ ਮਿਲਦੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਸੁਰਜੀਤ ਜੈਣੀ ਨੇ ਦੱਸਿਆ ਕਿ ਉਹਨਾਂ ਨੂੰ ਮਰੀਜ਼ਾਂ ਵੱਲੋਂ ਲਗਾਤਾਰ ਫੋਨ 'ਤੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਉਹਨਾਂ ਇੱਥੇ ਦਬਿਸ਼ ਦਿੱਤੀ। ਸ਼ਿਕਾਇਤਾਂ ਜਿਹੜੀਆਂ ਮਿਲੀਆਂ ਸੀ ਇੱਕ ਦਿਨ ਅੱਗੇ ਵੀ ਮਿਲੀ ਸੀ, ਇਸ ਕਰਕੇ ਮੈਂ ਦੌਰਾ ਕੀਤਾ ਔਰ ਮੇਰੀ ਰੂਟੀਨ ਦੇ ਵਿੱਚ ਵੀ ਹਸਪਤਾਲ ਦੇ ਵਿੱਚ ਚੈੱਕ ਕਰਨਾ ਜਾਣਾ, ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਸਾਡੀ ਡਿਊਟੀ ਹੈ। ਸਾਡਾ ਸ਼ਿਕਾਇਤ ਆਈ ਹੈ ਦੋ ਤਿੰਨ ਜਗ੍ਹਾ 'ਤੇ, ਹੁਣ ਥੋੜ੍ਹੀ ਸਮਝ ਜੇ ਵੀ ਆ ਗਈ ਹੈ। ਉਧਰ ਕੁਝ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਵੀ ਹਸਪਤਾਲ ਦੇ ਮਾੜੇ ਪ੍ਰਬੰਧਾਂ 'ਤੇ ਸਵਾਲ ਚੁੱਕੇ ਅਤੇ ਮੰਤਰੀ ਸਾਹਿਬ ਦੀ ਕਾਰਵਾਈ ਤੋਂ ਸੰਤੁਸ਼ਟੀ ਜ਼ਾਹਰ ਕੀਤੀ। ਇਸ ਕੈਦ ਲੈ ਕੇ ਸਾਡੇ ਕੋਲ 3500 ਨਜਾਇਜ਼ ਲਿੱਤਾ ਗਿਆ ਤਾਂ ਕਵਰੇਡ ਨਾਲ ਬਹੁਤ ਹੁੰਦੀ ਰਹਿੰਦੀ ਆ। ਹੁਣ ਦੋ ਪੇਸ਼ੈਂਟ ਹੋ ਰਹੇ ਨੇ, ਇੱਕ ਕਹਿੰਦਾ ਮੈਂ ਤਾਂ 3500 ਰੁਪਏ ਲਿੱਤਾ, ਕਹਿੰਦਾ ਮੈਂ ਤਾਂ 11000 ਰੁਪਏ ਲਿੱਤਾ। ਕੀ ਮੰਗ ਕਰਦਾ ਵੀ ਕੀ ਹੋਣਾ ਚਾਹੀਦਾ ਡਾਕਟਰ ਖਿਲਾਫ? ਇਨਸਾਫ ਹੋਣਾ ਚਾਹੀਦਾ ਸਾਰਾ ਪੇਸ਼ੈਂਟ ਦੇ ਨਾਲ। ਇੱਥੇ ਤਾਂ ਫ੍ਰੀ ਹੁੰਦੀ ਹੈ ਡਿਲੀਵਰੀ, ਬਾਕੀ ਪੈਸੇ ਦਿੰਦੇ ਨੇ, ਪੈਸੇ ਦਿੰਦੇ ਤਾਂ ਹੈ ਨਹੀਂ ਕਿ ਲੋਕਾਂ ਤੋਂ ਲਈ ਜਾਂਦੇ ਨੇ ਪੈਸੇ। ਸਰਕਾਰੀ ਹਸਪਤਾਲਾਂ 'ਚ ਸਹੂਲਤਾਂ ਦੀ ਘਾਟ ਤਾਂ ਕਦੇ ਸਟਾਫ ਦੇ ਵਤੀਰੇ ਦੀਆਂ ਖਬਰਾਂ ਅਕਸਰ ਸੁਰਖੀਆਂ ਬਣਦੀਆਂ ਨੇ। ਉਮੀਦ ਹੈ ਕਿ ਸਿਹਤ ਮੰਤਰੀ ਸਾਹਿਬ ਦੇ ਇਸ ਅਚਨਚੇਤ ਦੌਰੇ ਨਾਲ ਪ੍ਰਬੰਧਾਂ 'ਚ ਸੁਧਾਰ ਆਵੇਗਾ ਅਤੇ ਮਰੀਜ਼ਾਂ ਨੂੰ ਸਹੀ ਤਰੀਕੇ ਦੇ ਨਾਲ ਸਿਹਤ ਸੇਵਾਵਾਂ ਮਿਲ ਸਕਣਗੀਆਂ। ਕਰਾਰ ਹੁਸੈਨ, ਜ਼ੀ ਮੀਡੀਆ, ਮਲੇਰਕੋਟਲਾ। ਤਾਂ ਸਰਕਾਰੀ ਹਸਪਤਾਲਾਂ ਦੇ ਦੀਆਂ ਖਸਤਾ ਹਾਲ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਲਾਪਰਵਾਹੀ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਨੇ, ਪਰ ਸ਼ਾਇਦ ਇਹਨਾਂ ਮਾਮਲਿਆਂ 'ਤੇ ਠੱਲ ਪੈ ਜਾਏਗੀ ਥੋੜ੍ਹੀ। ਅਰਸ਼, ਜਿਸ ਤਰ੍ਹਾਂ ਨਾਲ ਸਿਹਤ ਮੰਤਰੀ ਨੇ ਦੌਰਾ ਕੀਤਾ ਅਤੇ ਨਿਰਦੇਸ਼ ਦਿੱਤੇ ਨੇ ਕਿ ਪ੍ਰਬੰਧ ਸਹੀ ਹੋਣੇ ਚਾਹੀਦੇ ਨੇ, ਕਿਉਂਕਿ ਮਰੀਜ਼ ਇੱਥੇ ਇਲਾਜ ਕਰਵਾਉਣ ਆਉਂਦੇ ਨੇ ਨਾ ਕਿ ਬਿਮਾਰ ਹੋਣ ਲਈ। ਬਿਲਕੁਲ, ਬੀਤੇ ਦਿਨ ਵੈਸੇ ਤਸਵੀਰ ਦਿਖਾਈ ਸੀ ਕਿ ਕਿਸ ਤਰੀਕੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਲੋਕ ਪਰੇਸ਼ਾਨ ਹੋ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ, ਨਾ ਹੋਸਪਿਟਲ ਦੇ ਵਿੱਚ ਬੈੱਡ ਨੇ ਅਤੇ ਨਾ ਹੀ ਪੀਣ ਵਾਲਾ ਪਾਣੀ ਹੈ। ਪਰ ਹੁਣ ਲੱਗਦਾ ਕਿ ਜਿਸ ਤਰ੍ਹਾਂ ਸਿਹਤ ਮੰਤਰੀ ਦਾਅਵਾ ਕਰ ਰਹੇ ਨੇ, ਜੇਕਰ ਪ੍ਰਬੰਧ ਠੀਕ ਹੋ ਜਾਣ ਤਾਂ ਮਰੀਜ਼ਾਂ ਦੇ ਲਈ ਬਹੁਤ ਚੰਗੀ ਗੱਲ ਹੈ, ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਖਰਚਾ ਘੱਟ ਹੁੰਦਾ ਪਰ ਪ੍ਰਬੰਧਾਂ ਅਤੇ ਸਹੂਲਤਾਂ ਦੀ ਘਾਟ ਕਾਰਨ ਲੋਕ ਉੱਥੇ ਜਾਣ ਤੋਂ ਕਤਰਾਉਂਦੇ ਨੇ। ਅੱਗੇ ਵੱਧਦਿਆਂ ਅਗਲੀ ਖਬਰ ਤੋਂ ਰੁੱਖ ਕਰਦੇ ਹਾਂ। ਪਟਿਆਲਾ ਦੇ ਸਮਾਣਾ ਵਿੱਚ ਡਾਇਰੀਆ ਨਾਲ ਹੁਣ ਤੱਕ 7 ਜ਼ਿੰਦਗੀਆਂ ਖਤਮ ਹੋ ਗਈਆਂ ਨੇ, ਪਰ ਹੁਣ ਪੰਜਾਬ ਦਾ ਸਿਹਤ ਮਹਿਕਮਾ ਨੀਂਦ ਤੋਂ ਜਾਗ ਗਿਆ। ਵਿਭਾਗ ਨੇ ਜਾਂਚ ਦੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜੋ 2 ਦਿਨ ਦੇ ਅੰਦਰ ਆਪਣੀ ਰਿਪੋਰਟ ਵਿਭਾਗ ਨੂੰ ਸੌਂਪੇਗੀ। ਪਟਿਆਲਾ ਦੇ ਸਮਾਣਾ ਵਿੱਚ ਡਾਇਰੀਆ ਦੇ ਕਹਿਰ ਨਾਲ ਹੋਈ ਲੋਕਾਂ ਦੀ ਮੌਤ ਦੇ ਬਾਅਦ ਪੰਜਾਬ ਦਾ ਸਿਹਤ ਮਹਿਕਮਾ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਵਿਭਾਗ ਨੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਾਣੀ ਦੇ ਟੈਂਕਰਾਂ ਦੀ ਸਪਲਾਈ ਬੰਦ ਕਰ ਦਿੱਤੀ ਹੈ ਅਤੇ ਸ਼ਹਿਰ ਵਿੱਚ 20 ਟੈਂਕਰ ਭੇਜ ਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਰ ਬਾਵਜੂਦ ਇਸ ਦੇ 12ਵੇਂ ਦਿਨ ਵੀ ਡਾਇਰੀਆ ਦੇ 40 ਨਵੇਂ ਮਰੀਜ਼ ਸਮਾਣਾ ਦੇ ਸਿਵਲ ਹਸਪਤਾਲ ਲਿਆਂਦੇ ਗਏ। ਪਾਣੀ ਦੀ ਸਪਲਾਈ ਹੈ ਇਲਾਕੇ ਦੀ ਉਹ ਬੰਦ ਕਰਾ ਦਿੱਤੀ ਹੈ ਅਤੇ 18 ਦੇ ਕਰੀਬ ਜੋ ਆਪਣੇ ਟੈਂਕਰ ਅਸੀਂ ਉੱਥੇ ਲਾਏ ਨੇ, ਉਹਨਾਂ ਦੀ ਜੋ ਕਲੋਰੀਨੇਸ਼ਨ ਹੈ ਟੈਂਕਰਾਂ ਦੀ ਉਹ ਅਸੀਂ ਟਾਈਮ ਟੂ ਟਾਈਮ ਆਪਾਂ ਕਰ ਰਹੇ ਹਾਂ ਅਤੇ 30,000 ਅਸੀਂ ਜੋ ਕਲੋਰੀਨ ਦੀ ਗੋਲੀ ਹੈ ਉਹ ਇਲਾਕੇ ਵਿੱਚ ਆਪਣਾ ਵੰਡੀ ਹੈ। ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ HS ਬਾਲੀ ਖੁਦ ਸਿਵਲ ਹਸਪਤਾਲ ਸਮਾਣਾ ਪਹੁੰਚੇ, ਜਿੱਥੇ ਉਹਨਾਂ ਨੇ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਅਤੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਬਿਮਾਰੀ ਨੂੰ ਰੋਕਣ ਦੇ ਲਈ ਸਿਹਤ ਵਿਭਾਗ ਨੇ ਹੁਣ ਤੱਕ ਕੀ ਕੁਝ ਕਦਮ ਚੁੱਕੇ ਨੇ। ਸਿਫਰਾਂ ਦੀਆਂ ਬੋਤਲਾਂ ਅਸੀਂ ਲਾ ਰਹੇ ਹਾਂ, ਮੈਟਰੋ ਜਿਹਦੇ ਟੀਕੇ ਲੱਗ ਰਹੇ ਨੇ ਅਤੇ ਉਹਨਾਂ ਨੂੰ ਟਾਈਮ ਟੂ ਟਾਈਮ ਅਸੀਂ ਜਿਹੜਾ ORS ਪਾਊਡਰ ਹੈ ਉਹ ਵੀ ਦੇ ਰਹੇ ਹਾਂ, ਜ਼ਿੰਕ ਦੀਆਂ ਗੋਲੀਆਂ ਵੀ ਦੇ ਰਹੇ ਹਾਂ ਅਤੇ ਅਸੀਂ ਹਰ ਸੰਭਵ ਯਤਨ ਕਰਦੇ ਹਾਂ ਵੀ ਪੇਸ਼ੈਂਟ ਦਾ ਇਲਾਜ ਸਹੀ ਢੰਗ ਨਾਲ ਹੋਵੇ। ਅਤੇ 3 ਡਾਕਟਰ ਵੀ ਇੱਥੇ ਹੈਗੇ ਹਾਂ, ਸਟਾਫ ਨਰਸਿਸ ਵੀ ਨੇ, ਬਾਕੀ ਮੌਜੂਦਾ ਸਟਾਫ ਵੀ ਹੈ। ਅਗਰ ਕੇਸ ਜ਼ਿਆਦਾ ਵੱਧਦੇ ਤਾਂ ਅਸੀਂ ਜ਼ਿਆਦਾ ਸਟਾਫ ਵੀ ਆਪਣਾ ਲਗਾ ਦਿਆਂਗੇ। ਪੰਜਾਬ ਦੇ ਸਿਹਤ ਵਿਭਾਗ ਨੇ ਪਟਿਆਲਾ ਦੇ ਸਮਾਣਾ ਵਿੱਚ ਹੋਈਆਂ ਮੌਤਾਂ ਦੀ ਜਾਂਚ ਦੇ ਲਈ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜੋ 2 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਵਿਭਾਗ ਨੂੰ ਸੌਂਪੇਗੀ। ਨਿਤਿਕਾ ਮਹੇਸ਼ਵਰੀ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ, ਚੰਡੀਗੜ੍ਹ। ਤਾਂ ਸਮਾਣਾ ਦੇ ਵਿੱਚ ਡਾਇਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ। 9 ਦਿਨਾਂ ਦੇ ਅੰਦਰ 7 ਲੋਕਾਂ ਦੀ ਮੌਤ ਹੋਈ ਇਸ ਡਾਇਰੀ ਦੇ ਕਹਿਰ ਨਾਲ, ਪਰ ਹੁਣ ਸਿਹਤ ਵਿਭਾਗ ਵੀ ਜਾਗਿਆ ਤੇ ਇੱਕ ਕਮੇਟੀ ਬਣਾਈ ਗਈ ਜੋ ਆਪਣੀ ਰਿਪੋਰਟ ਸੌਂਪੇਗੀ ਕੁਝ ਦਿਨਾਂ ਦੇ ਅੰਦਰ। ਬਿਲਕੁਲ, ਬਹੁਤ ਹੈਰਾਨੀ ਦੀ ਗੱਲ ਹੈ ਕਿ ਅਸੀਂ ਡਿਜੀਟਲ ਇੰਡੀਆ ਵੱਲ ਵੱਧ ਰਹੇ ਹਾਂ ਅਤੇ ਬਹੁਤ ਵਿਕਾਸ ਦੇ ਦਾਅਵੇ ਕਰਦੇ ਹਾਂ, ਪਰ ਅੱਜ ਵੀ ਡਾਇਰੀਆ ਵਰਗੀ ਜਿਹੜੀ ਬਿਮਾਰੀ ਹੈ ਉਸ ਦੇ ਨਾਲ ਲੋਕ ਜੂਝ ਰਹੇ ਨੇ ਅਤੇ ਉਸ ਕਾਰਨ ਮੌਤਾਂ ਵੀ ਹੋ ਰਹੀਆਂ ਨੇ। ਬੇਹੱਦ ਚਿੰਤਾ ਦਾ ਵਿਸ਼ਾ ਹੈ।